ਪੁਰਾਣੀ ਦਾਣਾ ਮੰਡੀ ਆਪਾਂ ਕੋਟਪੂਰਾ ਲੋਕੇਸ਼ਨ ਤੇ ਖੜੇ ਆਂ, ਨਾਲ ਹੀ ਦੁਕਾਨ ਦੇ ਪ੍ਰੋਗਰਾਮ ਰੱਖਿਆ ਗਿਆ 12 ਤੋਂ 1 ਵਜੇ ਦੇ ਵਿੱਚ ਇਹ ਨਾਮ ਕੱਢੇ ਜਾਣੇ ਆ। ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜ਼ਰੂਰ ਪਹੁੰਚਣ, ਜਿਹੜੇ ਵੀ ਬਾਈ ਕੋਲੋਂ ਕੋਈ ਵੀ ਪ੍ਰੋਟੈਕਟਰ ਲਗਾਏ ਆ, ਬਾਈ ਪ੍ਰੋਟੈਕਟਰ ਦੇ ਨਾਲ ਇੱਕ ਕੂਪਨ ਦਿੰਦਾ ਸੀ, ਉਹ ਕੂਪਨ ਲੈ ਕੇ ਆਉਣਾ। ਹਰੇਕ ਜ਼ਿਮੀਂਦਾਰ ਨੂੰ ਬਾਈ ਵੱਲੋਂ ਗਿਫਟ ਦਿੱਤਾ ਜਾਊਗਾ ਜਿਹੜਾ ਉਹ ਕੂਪਨ ਲੈ ਕੇ ਆਊਗਾ। ਵੀਰ ਜੀ, ਇਹ ਸਕੀਮ ਆਪਾਂ ਵਿਸਾਖੀ ਤੇ ਚਾਲੂ ਕੀਤੀ ਸੀਗੀ। ਠੀਕ ਹੈ ਜੀ। 15 ਅਗਸਤ ਨੂੰ ਇਹਦਾ ਸਮਾਪਨ ਹੈ। ਠੀਕ ਹੈ ਜੀ। ਕੱਲ 15 ਅਗਸਤ ਹੈ। 12 ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਸਹਿਬ ਸੰਧੂ। ਅੱਜ ਆਪਾਂ ਖੜੇ ਹਾਂ ਰਤਨ ਟ੍ਰੇਡਿੰਗ ਕੰਪਨੀ ਪੁਰਾਣੀ ਦਾਣਾ ਮੰਡੀ ਕੋਟਪੂਰਾ, ਬਾਈ ਸੁਸ਼ਾਂਤ ਜੀ ਕੋਲੇ। ਇੱਥੇ ਬਾਈ ਕੂਪਨ ਸਕੀਮ ਚੱਲ ਰਹੀ ਹੈ। ਕੂਪਨ ਸਕੀਮ ਦੇ ਵਿੱਚ ਟੋਟਲ 8 ਨਾਮ ਕੱਢੇ ਜਾਣੇ ਆ। ਕੱਲ੍ਹ ਨੂੰ ਨਾਮਾਂ ਦਾ ਟਾਈਮ ਹੈਗਾ 12 ਤੋਂ 1 ਵਜੇ ਦੇ ਵਿੱਚ। ਸਾਰੇ ਜ਼ਿਮੀਂਦਾਰਾਂ ਨੂੰ ਬੇਨਤੀ ਹੈ ਕਿ ਜ਼ਰੂਰ ਪਹੁੰਚਣ ਪੁਰਾਣੀ ਦਾਣਾ ਮੰਡੀ ਕੋਟਪੂਰਾ ਰਤਨ ਟ੍ਰੇਡਿੰਗ ਕੰਪਨੀ। ਬਾਕੀ ਆਪਾਂ ਬਾਈ ਸੁਸ਼ਾਂਤ ਜੀ ਨਾਲ ਕਰਦੇ ਹਾਂ ਗੱਲ। ਆ ਜਾਓ ਬਾਈ। ਸਤਿ ਸ਼੍ਰੀ ਅਕਾਲ ਵੀਰ ਜੀ। ਬਾਬੂ ਜੀ, ਕੂਪਨ ਸਕੀਮ ਬਾਰੇ ਦੱਸੋ ਜੀ ਆਪਣੇ। ਵੀਰ ਜੀ, ਇਹ ਸਕੀਮ ਆਪਾਂ ਵਿਸਾਖੀ ਤੇ ਚਾਲੂ ਕੀਤੀ ਸੀਗੀ। ਠੀਕ ਹੈ ਜੀ। 15 ਅਗਸਤ ਨੂੰ ਇਹਦਾ ਸਮਾਪਨ ਹੈ। ਠੀਕ ਹੈ ਜੀ। ਕੱਲ 15 ਅਗਸਤ ਹੈ। 12 ਤੋਂ 1 ਵਜੇ ਦੇ ਵਿੱਚ ਆਪਾਂ ਇਹਦੇ ਵਿੱਚ ਇਨਾਮ ਕੱਢਨੇ ਆ। ਇਨਾਮ ਕਿਹੜੇ ਕਿਹੜੇ? ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੇ ਕਿਸਾਨ ਵੀਰ ਆਪਣੇ ਤੋਂ ਕੋਈ ਵੀ ਵਿਸਾਖੀ ਤੋਂ ਬਾਅਦ ਕੋਈ ਪੰਪ ਹੱਥ ਵਾਲਾ, ਬੈਟਰੀ ਵਾਲਾ ਜਾਂ ਇੰਜਨ ਵਾਲਾ ਜਾਂ ਕੋਈ ਟਰੈਕਟਰ ਵਾਲਾ ਕੁਝ ਵੀ ਲੈ ਕੇ ਗਏ ਆ ਜਾਂ ਆਟਾ ਚੱਕੀ ਕੋਈ ਵੀ ਚੀਜ਼ ਲੈ ਕੇ ਗਏ ਆ, ਉਹਦਾ ਆਪਾਂ ਇਹ ਕੂਪਨ ਭਰਿਆ। ਜੇ ਉਹ ਜ਼ਿਮੀਂਦਾਰ ਆਪਣੇ ਕੋਲੇ 15 ਅਗਸਤ ਨੂੰ 12 ਤੋਂ 1 ਵਜੇ ਦੇ ਵਿੱਚ ਆਹ ਕੂਪਨ ਲੈ ਕੇ ਆਉਂਦਾ, ਉਹਨੂੰ ਚਾਹੇ ਕੋਈ ਨਾਮ ਨਿਕਲਦਾ ਚਾਹੇ ਨਹੀਂ ਨਿਕਲਦਾ, ਮੇਰੇ ਵੱਲੋਂ ਇੱਕ ਰਿਟਰਨ ਗਿਫਟ ਉਹਨੂੰ ਦਿੱਤਾ ਜਾਊਗਾ ਨਾਲ। ਹੁਣ ਇਹਦੇ 'ਚ ਨਾਮ ਕਿੰਨੇ ਆ? ਟੋਟਲ ਨਾਮ ਹੈ ਜੀ 8। ਪਹਿਲਾ ਨਾਮ ਹੈ ਇੰਜਨ ਵਾਲਾ ਪੰਪ, ਜਿਹਦੀ ਕੀਮਤ ਸਾਡਾ ਰਤਨ ਦਾ 12,500 ਵਾਲਾ। ਦੂਜਾ ਬੈਟਰੀ ਵਾਲਾ ਪੰਪ ਹੈ 4,000 ਵਾਲਾ। ਤੀਜਾ ਨਾਮ ਹੈ 3,500 ਰੁਪਏ ਵਾਲਾ ਬੈਟਰੀ ਵਾਲਾ। ਚੌਥਾ ਨਾਮ ਹੈ ਆਟਾ ਚੱਕੀ 15,000 ਵਾਲੀ, ਦੋ ਦੀ ਮੋਟਰ ਵਾਲੀ, ਸਟੀਲ ਬਾਡੀ ਵਾਲੀ। ਅੱਧੂ ਬਾਅਦ ਪੰਜਵਾਂ ਨਾਮ ਹੈ ਕਾਰ ਵਾਸ਼ਰ 7,000 ਰੁਪਏ ਦੀ ਰੇਟ ਵਾਲਾ। ਅੱਧੂ ਬਾਅਦ ਇੱਕ ਵਾਈਕਮ ਕਲੀਨਰ ਹੈ 6,000 ਰੁਪਏ ਦਾ, ਛੇਵਾਂ ਨਾਮ। ਸੱਤਵਾਂ ਨਾਮ ਹੈ 1,500 ਰੁਪਏ ਵਾਲਾ ਬਲੋਰ। ਅੱਠਵਾਂ ਨਾਮ ਹੈ 1,000 ਰੁਪਏ ਵਾਲਾ ਬਲੋਰ। ਇਹ ਕੀਮਤ ਆਪਾਂ ਤਾਂ ਦੱਸੀ ਹੈ ਵੀ ਕੱਲ ਨੂੰ ਅਗਲਾ ਰੇਟ ਵੀ ਟਰਾਈ ਕਰ ਸਕਦਾ ਵੀ ਇੰਨੇ ਪੈਸਿਆਂ ਦੀ ਇਹ ਚੀਜ਼ ਹੈਗੀ ਹੈ ਕਿ ਕੂੜਾ ਥੱਪਦਾ। ਠੀਕ ਹੈ ਨਾ ਜੀ। ਜਿਹੜਾ ਆਪਾਂ ਜ਼ਿਮੀਂਦਾਰ ਆਪਣੇ ਕੋਲੇ ਸਮਾਨ ਲੈ ਕੇ ਗਿਆ, ਜਿਹਦੇ ਕੋਲੇ ਆ ਕੂਪਨ ਹੈ, ਉਹ ਕੱਲ ਜ਼ਰੂਰ ਆਣ। 12 ਤੋਂ 1 ਵਜੇ ਦਾ ਟਾਈਮ ਹੈ। ਹਾਂ, ਗਿਫਟ ਜਿਹਦੇ ਕੋਲੇ ਆ ਕੂਪਨ ਹੋਵੇ, ਹਾਂ ਰਿਟਰਨ ਗਿਫਟ। ਕਿਸਾਨ ਵੀਰੋ, ਕੱਲ ਨੂੰ ਜ਼ਰੂਰ ਪਹੁੰਚੋ ਬਾਈ ਕੋਲੇ ਤੇ ਕੂਪਨ ਲੈ ਕੇ ਪਹੁੰਚੋ, ਬਾਈ ਵੱਲੋਂ ਗਿਫਟ ਦਿੱਤਾ ਜਾਣਾ ਤੇ ਬਾਕੀ ਬਾਈ ਆਪਣਾ ਪ੍ਰੋਗਰਾਮ ਨਾਲ ਹੀ ਦੁਕਾਨ ਤੇ ਇੱਥੇ ਬਾਹਰ ਹੀ ਕਰਾਂਗੇ। ਠੀਕ ਹੈ ਜੀ, ਬਾਹਰ ਹੀ ਪ੍ਰੋਗਰਾਮ ਰੱਖਿਆ। ਹਾਂਜੀ ਕਿਸਾਨ ਵੀਰੋ, ਤੁਸੀਂ ਦੇਖ ਸਕਦੇ ਹੋ ਬਾਈ ਦੀ ਲੱਕੀ ਕੂਪਨ ਸਕੀਮ। ਪਹਿਲਾ ਨਾਮ ਹੈਗਾ ਸਪਰੇ ਪੰਪ, ਦੂਜਾ ਨਾਮ ਹੈਗਾ ਸਪਰੇ ਪੰਪ ਡਰੰਮੀ ਹੈ, ਤੀਸਰਾ ਨਾਮ ਹੈਗਾ ਫਿਰ ਸਪਰੇ ਪੰਪ ਡਰੰਮੀ ਹੈ ਵੀ, ਚੌਥਾ ਨਾਮ ਹੈਗਾ ਆਟੇ ਵਾਲੀ ਚੱਕੀ, ਪੰਜਵਾਂ ਨਾਮ ਹੈਗਾ ਵਾਸ਼ਰ, ਛੇਵਾਂ ਨਾਮ ਹੈਗਾ ਵੈਕਿਊਮ ਕਲੀਨਰ, ਸੱਤਵਾਂ ਨਾਮ ਹੈਗਾ ਬਲੋਰ, ਅੱਠਵਾਂ ਨਾਮ ਫਿਰ ਹੈਗਾ ਛੋਟਾ ਬਲੋਰ। ਬਾਕੀ ਕਿਸਾਨ ਵੀਰੋ, ਕੱਲ੍ਹ ਨੂੰ 15 ਅਗਸਤ ਪੁਰਾਣੀ ਦਾਣਾ ਮੰਡੀ ਆਪਾਂ ਕੋਟਪੂਰਾ ਲੋਕੇਸ਼ਨ 'ਤੇ ਖੜ੍ਹੇ ਹਾਂ, ਨਾਲ ਹੀ ਦੁਕਾਨ ਦੇ ਪ੍ਰੋਗਰਾਮ ਰੱਖਿਆ ਗਿਆ। 12 ਤੋਂ 1 ਵਜੇ ਦੇ ਵਿੱਚ ਇਹ ਨਾਮ ਕੱਢੇ ਜਾਣੇ ਆ। ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜ਼ਰੂਰ ਪਹੁੰਚਣ, ਜਿਹੜੇ ਵੀ ਬਾਈ ਕੋਲੋਂ ਕੋਈ ਵੀ ਪ੍ਰੋਟੈਕਟਰ ਲਗਾਏ ਆ, ਬਾਈ ਪ੍ਰੋਟੈਕਟਰ ਦੇ ਨਾਲ ਇੱਕ ਕੂਪਨ ਦਿੰਦਾ ਸੀ, ਉਹ ਕੂਪਨ ਲੈ ਕੇ ਆਉਣਾ। ਹਰੇਕ ਜ਼ਿਮੀਂਦਾਰ ਨੂੰ ਬਾਈ ਵੱਲੋਂ ਗਿਫਟ ਦਿੱਤਾ ਜਾਊਗਾ ਜਿਹੜਾ ਉਹ ਕੂਪਨ ਲੈ ਕੇ ਆਊਗਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਦੋਸਤੋ।